जिला गुरदासपुर के थाना तिब्बड़ की पुलिस ने एक ट्राले के ड्राइवर को 11 किलो 500 ग्राम भुक्की समेत किया गिरफ्तार। इस संबंधी जानकारी देते हुए SHO अमरीक सिंह ने दस्सिया कि घल्लूघारा समागम के संबंध में थाना तिब्बड़ की पुलिस वालों विशेष नाकेबंदी कर वाहनों की बरीकी नाल चैकिंग की जा रही थी, जिस दौरान एक ट्रक को चैक किया तो पिछे आ के एक ट्राला रुक गया। ट्राले के ड्राइवर वालों डरते हुए पुलिस तो बचने लिए प्लास्टिक की बोरी गड्डी विच्चों बाहर सड़क किनारे झाड़ियों में सुट्टन की कोशिश की गई, पर एक पुलिस मुलाजम की नज़र उत्ते पै गई। पार्टी वालों मौके पर ही ड्राइवर को काबू कर लिया गया और जो प्लास्टिक की बोरी को खोल के देखा गया तो उस 11 किलो तो वध भुक्की बरामद की गई। उन्होंने कहा कि दोषियों खिलाफ़ मामला दर्ज करके कार्रवाई शुरू कर दी गई है। असी जिहड़ा साडी पार्टी ने मैनुअल मसीह समेत साथी जिहड़ा कराला बाईपास के उत्ते स्पैशल नाकाबंदी जिहड़ी घल्लूघारा हफ्ता के संबंध में असी अफसर SSP साहब दीआं हदायतां के मुताबक बड़ी बरीकी नाल चैकिंग करदे कर रहे सी। चैकिंग करदे ही हर गड्डी नूं बड़ा ब्रीफली असी वेरीफाई करदे सी ते चैक कर रहे सी। ਅਤੇ ਉਹ ਟਰੱਕ ਹੋਰ ਵੀ ਗੱਡੀਆਂ ਨੇ ਚੈੱਕ ਕੀਤੀਆਂ, ਉਹਦੇ ਪਿੱਛੇ ਇੱਕ ਹੋਰ ਗੱਡੀ ਆ ਕੇ ਜਿਸ ਤਰ੍ਹਾਂ ਖੜ੍ਹੀ ਆ, ਅਤੇ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਚੈੱਕ ਕਰ ਰਹੇ ਨੇ ਅਤੇ ਹਰ ਚੀਜ਼ ਨੂੰ ਦੇਖਣਾ ਹੈ, ਅਤੇ ਉਹਨੇ ਉਹਦੇ ਵਿੱਚ ਇੱਕ ਬੋਰਾ ਪਲਾਸਟਿਕ ਦਾ ਸੀ, ਉਹਦੇ ਵਿੱਚ ਕੋਈ ਚੀਜ਼ ਸੀ ਅਤੇ ਉਹ ਡਰਦੇ ਮਾਰੇ ਨੇ ਗੱਡੀ ਦੇ ਵਿੱਚੋਂ ਕੱਢ ਕੇ ਅਤੇ ਬਾਹਰ ਸੁੱਟਣ ਲੱਗਾ ਕਨੈਕਟਰ ਸਾਈਡ ਨੂੰ। ਮੁਲਾਜ਼ਮ ਸਾਡਾ ਬਾਹਰ ਖੜ੍ਹਾ ਸੀ, ਉਹਨਾਂ ਨੇ ਯਕਦਮ ਦੇਖ ਲਿਆ ਅਤੇ ਉਹਨੂੰ ਉੱਥੇ ਕਾਬੂ ਕਰ ਲਿਆ। ਜਦੋਂ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚੋਂ ਸਾਨੂੰ ਜਿਹੜੀ ਹੈ 11.5 ਕਿਲੋ ਭੁੱਕੀ ਬਰਾਮਦ ਹੋਈ ਆ। ਇਹ ਪਿੱਛੋਂ ਤਾਂ ਦਿੱਲੀ ਤੋਂ ਲੈ ਕੇ ਰਾਜਸਥਾਨ ਵੱਲੋਂ ਆਉਂਦੇ ਨੇ ਸਮਾਨ ਲੈ ਕੇ ਆਏ, ਮਾਰੂਤੀ ਸਜੂਕੀ ਵਾਲਿਆਂ ਦੀ ਜਿਹੜੀ ਸਪੇਅਰ ਪਾਰਟ 'ਤੇ ਉਹਨਾਂ ਦੀਆਂ ਗੱਡੀਆਂ ਗੁੱਡੀਆਂ ਲੈ ਕੇ ਆਉਂਦੇ ਨੇ, ਵੱਡਾ ਟਰਾਲਾ ਹੈ। ਅਤੇ ਇਹ ਸ਼੍ਰੀਨਗਰ ਜਾਣਾ ਸੀ GNK 'ਚ, ਇਹਨੇ ਦੀਨਾਨਗਰ ਸ਼ਾਇਦ ਕਿਤੇ ਗਾਂ ਸਪਲਾਈ ਕਰਦਾ ਪਿੱਛੋਂ ਲਿਆਉਂਦਾ ਸੀ ਗਾਂ, ਇਹ ਕਿਤੇ ਅਗਲੇ ਪਾਸੇ ਜਿਸ ਬੰਦੇ ਨਾਲ ਲਿੰਕ ਹੁੰਦਾ ਸੀ ਉੱਥੇ ਗਾਂ ਸਪਲਾਈ ਕਰਦਾ ਸੀ। ਪਹਿਲਾਂ ਇਹਦਾ ਹੁਣ ਪ੍ਰੀਵੀਅਸ ਕੰਡਕਟ ਅਸੀਂ ਦੇਖ ਰਹੇ ਹਾਂ, ਜੇ ਇਹਦੇ ਖਿਲਾਫ਼ ਕੋਈ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਤਾਂ ਉਹ ਵੀ ਦੇਖਾਂਗੇ। ਫਿਲਹਾਲ ਤਾਂ ਸਾਡੇ ਕੋਲ ਇੱਕੋ ਹੀ ਮੁਕੱਦਮਾ ਇਹ ਦਰਜ ਅਸੀਂ ਕੀਤਾ, ਪਿਛਲੇ ਰਿਕਾਰਡ ਬਾਰੇ ਅਸੀਂ ਇਹ ਛਾਣਬੀਣ ਕਰ ਰਹੇ ਹਾਂ, ਇਹਦਾ ਰਿਮਾਂਡ ਵੀ ਲੈ ਕੇ ਹੋਰ ਇਹਦੀ ਪੁੱਛਗਿੱਛ ਕਰਾਂਗੇ।